ਸਾਨੂੰ ਵੀ ਇੱਥੇ ਨਿਊਜ਼ ਤੋਂ ਹੀ ਇਹ ਚੀਜ਼ਾਂ ਪਤਾ ਲੱਗ ਰਹੀਆਂ, ਅਤੇ ਪਰ ਇਹ ਤਾਂ ਸਰਾਸਰ ਨਜਾਇਜ਼ ਹੋ ਰਿਹਾ, ਕਿਉਂਕਿ ਉਹਨਾਂ ਕੋਲ ਤਾਂ ਅਸੀਂ ਜਦੋਂ ਜਾਂਦੇ ਹਾਂ ਸਾਰੀ ਸਾਡੀ ਤਲਾਸ਼ੀ ਕਰਕੇ ਹਰੇਕ ਸਮਾਨ ਨੂੰ ਚੈੱਕ ਕਰਕੇ ਉਹ ਅੱਗੇ ਭੇਜਦੇ ਉਹਨਾਂ ਕੋਲ, ਅਤੇ ਫਿਰ ਇਹ ਸਮਾਨ ਜਾਂ ਤਾਂ ਫਿਰ ਉਹਨਾਂ ਆਪਣੇ ਆਪ ਨਾਲ ਰੱਖ ਕੇ ਜਾਂ ਉਹਨਾਂ ਨੂੰ ਬਦਨਾਮ ਕਰਨ ਦਾ ਕਰਕੇ ਕੋਈ ਇਹੋ ਜਿਹੀ ਸਾਜਿਸ਼ ਕੀਤੀ ਜਾ ਰਹੀ ਹੈ। ਹੋਰ ਉਹਨਾਂ ਕੋਲ ਸਮਾਨ ਪਹੁੰਚਣ ਦਾ ਸਾਨੂੰ ਤਾਂ ਕੋਈ ਜ਼ਰੀਆ ਲੱਗਦਾ ਨਹੀਂ ਵੀ ਕਿਹੜੇ ਕਿਸ ਤਰੀਕੇ ਨਾਲ ਪਹੁੰਚ ਗਿਆ, ਜਦੋਂ ਸਭ ਕੁਛ ਇਹਨਾਂ ਦੇ ਥਰੂ ਹੋ ਰਿਹਾ ਹੈ। ਇਹ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਐਕਸ਼ਨ ਲੈਣਾ ਚਾਹੀਦਾ ਵੀ ਜੇ ਉਹਨਾਂ ਕੋਲ ਕਿੱਦਾਂ ਪਹੁੰਚ ਗਿਆ ਉਹਨਾਂ ਕੋਲ ਸਮਾਨ। ਕਿਉਂ ਕੀਤਾ ਜਾ ਰਿਹਾ ਸਾਰਾ ਇਹ, ਕਾਰਨ ਕੀ ਲੱਗਦਾ ਹੈਗਾ? ਕਾਰਨ ਕੀ ਉਹਨਾਂ ਦਾ, ਮੈਨੂੰ ਲੱਗਦਾ ਇੱਕ ਸਾਲ ਖਤਮ ਹੋਣ ਵਾਲਾ ਐਨ ਐਸ ਏ ਵਾਲਾ, ਕੋਈ ਹੋਰ ਡਰਾਮਾ ਕਰਕੇ ਕੋਈ ਉਹਨਾਂ ਨੂੰ ਹੋਰ ਬੰਦ ਰੱਖਣਾ ਚਾਹੁੰਦੇ ਹੋਣਗੇ, ਹੋਰ ਹੋਰ ਕੇਸਾਂ ਦੇ ਫਸਾਉਣਾ ਚਾਹੁੰਦੇ। ਹਾਂ ਇਹੋ ਹੀ ਚੱਕਰ, ਉਹ ਹੋਰ ਕੀ ਹੋ ਸਕਦਾ, ਹੋਰ ਤਾਂ ਕੋਈ ਕਾਰਨ ਨਹੀਂ, ਹੋਰ ਅੰਦਰ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ, ਕੁਛ ਨਹੀਂ ਕਰ ਰਹੇ, ਅਤੇ ਉਹਨਾਂ ਨੂੰ ਇਹ ਫੋਨ ਜਾਂ ਕੋਈ ਵੀ ਚੀਜ਼ ਜਿਹੜੀ ਉਹ ਪ੍ਰੋਵਾਈਡ ਕੌਣ ਕਰਦਾ ਵਾ? ਜੇ ਬਾਈ ਚਾਂਸ ਇਹਨਾਂ ਦੀ ਗੱਲ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਇਹ ਪ੍ਰਸ਼ਾਸਨ ਦੇ ਥਰੂ ਹੀ ਗਈ ਹੋਊਗੀ ਕੋਈ ਚੀਜ਼, ਪ੍ਰਸ਼ਾਸਨ ਇਹ ਆਪ ਰੱਖ ਕੇ ਉੱਥੇ ਉਹਨਾਂ ਕੋਲੋਂ, ਉਹਨਾਂ ਦੇ ਇੱਕ ਤਾਂ ਬਾਥਰੂਮਾਂ 'ਚ ਕੈਮਰੇ ਲਾਏ, ਉਹਨਾਂ ਦੀ ਪੂਰੀ ਸਿਕਰੇਸ ਚੈੱਕ ਕਰ ਰਹੇ ਆ, ਫਿਰ ਫਿਰ ਦੂਜੇ ਪਾਸੇ ਉਲਟਾ ਕਹਿ ਰਹੇ ਜੀ ਉਹਨਾਂ ਕੋਲ ਆਹ ਚੀਜ਼ਾਂ ਫੜੀਆਂ ਗਈਆਂ। ਤੁਹਾਡੀ ਗੱਲਬਾਤ ਹੋਈ ਕੋਈ ਅੱਜ ਤੁਹਾਨੂੰ ਫੋਨ ਆਉਂਦੇ ਹੁੰਦੇ ਜਿਵੇਂ ਇੱਕ ਦੋ ਦਿਨ ਛੱਡ ਕੇ ਫੋਨ ਆਉਂਦਾ? ਨਹੀਂ, ਸਾਨੂੰ ਹਫ਼ਤੇ 'ਚ ਇੱਕ ਜਾਂ ਦੋ ਵਾਰੀ ਫੋਨ ਆਉਂਦਾ ਹੁੰਦਾ ਸੀ, ਅਤੇ ਬਸ ਰਾਜੀ ਖੁਸ਼ੀ, ਉਦੋਂ ਬਾਅਦ ਤਾਂ ਕੋਈ ਗੱਲ ਨਹੀਂ। ਅੱਜ ਫੋਨ ਜਿਹੜਾ ਨਹੀਂ, ਅੱਜ ਸਾਨੂੰ ਨਹੀਂ ਕੋਈ ਫੋਨ ਆਇਆ। ਅੱਛਾ, ਉਹਨਾਂ ਨੇ ਗੱਲ ਨਹੀਂ ਕਰਾਈ, ਸ਼ਨੀਵਾਰ ਨੂੰ ਤੁਹਾਡੀ ਗੱਲ ਕਰਾਉਂਦੇ ਹੁੰਦੇ? ਅੱਜ ਨਹੀਂ ਕੋਈ ਸਾਡੇ ਨਾਲ ਹੋਈ। ਫਿਰ ਹੁਣ ਅਗਲਾ ਐਕਸ਼ਨ ਕੀ ਰਹਿਣ ਵਾਲਾ ਹੈਗਾ ਤੁਹਾਡਾ, ਜਿਵੇਂ ਪਤਾ ਲੱਗਿਆ ਵੀ ਉਹਨਾਂ ਦੀ ਪਤਨੀ ਵੀ ਭੁੱਖ ਹੜਤਾਲ 'ਤੇ ਬੈਠ ਗਈ ਨੇ? ਅਸੀਂ ਕੱਲ੍ਹ ਨੂੰ ਇੱਕ ਦੀਪ ਸਿੱਧੂ ਦੀ ਬਰਸੀ ਦਾ ਸਮਾਗਮ ਹੈ ਇੱਥੇ, ਉਦੋਂ ਬਾਅਦ ਸਿੱਖ ਸੰਗਤ ਨਾਲ ਕੋਈ ਸਲਾਹ ਗਿਣਤੀ ਮਸ਼ਵਰਾ ਕਰਕੇ ਉਦੋਂ ਬਾਅਦ 'ਚ ਕੋਈ ਐਕਸ਼ਨ ਫਿਰ ਅਸੀਂ ਵੀ ਲਿਖਾਂਗੇ ਫਿਰ। ਹੋਰ ਲੱਗਦਾ ਜੀ ਵੱਡਾ ਐਕਸ਼ਨ ਕਰਨਾ ਪਊ ਤੁਹਾਨੂੰ ਵੀ ਕੋਈ? ਹਾਂਜੀ, ਉਹ ਤਾਂ ਵੱਡਾ ਐਕਸ਼ਨ ਕਰਨਾ ਹੀ ਪਊਗਾ ਜਦੋਂ ਸਰਕਾਰ ਨਹੀਂ ਬਿਨਾਂ ਵਜ੍ਹਾ ਤੋਂ ਤੰਗ ਕਰ ਰਹੀ ਹੈ। ਅਸੀਂ ਸਾਲ ਤੋਂ ਤਾਂ ਵੇਖ ਰਹੇ ਸੀ ਇਹਨਾਂ ਦੇ ਮੂੰਹ ਵੱਲ ਪਿੱਛੇ, ਚਲੋ ਕੋਈ ਕਿਸੇ ਪਾਸੇ ਲਾਉਣਗੇ ਗੱਲ, ਪਰ ਇਹਦੇ ਦਿਨੋਂ ਦਿਨ ਹੋਰ ਵੱਧਦੇ ਜਾ ਰਹੇ ਹੈ। ਨਹੀਂ, ਸਾਡੀ ਗੱਲਬਾਤ ਨਹੀਂ ਹੋਈ, ਸਾਨੂੰ ਤਾਂ ਵੀਡੀਓ ਤੋਂ ਹੀ ਪਤਾ ਲੱਗਾ। ਖਾਰਾ ਸਾਹਿਬ ਨੇ ਪਹਿਲਾਂ ਵੀਡੀਓ ਪਾਈ ਸੀ ਅਤੇ ਉਹ 'ਚੋਂ ਸਾਨੂੰ ਪਤਾ ਲੱਗਾ ਕਿ ਭਾਈ ਸਾਹਿਬ ਹੁਣੀ ਕੱਲ੍ਹ ਦੇ ਭੁੱਖ ਹੜਤਾਲ 'ਤੇ ਆ, ਅਤੇ ਉੱਦਾਂ ਉਹਨਾਂ ਇਹਨਾਂ ਦੱਸਿਆ ਕਿ ਜਦੋਂ ਭਾਈ ਸਾਹਿਬ ਮਤਲਬ ਮੁਲਾਕਾਤ 'ਤੇ ਕੱਲ੍ਹ ਚੱਲੇ ਸੀ ਤਾਂ ਉੱਥੇ 4-5 ਇਲੈਕਟ੍ਰੀਸ਼ਨ ਵਾਲੇ ਆਏ ਅਤੇ ਉਹਨਾਂ ਕੋਲ ਬਹੁਤ ਸਮਾਨ ਸੀ ਕਾਫੀ, ਅਤੇ ਭਾਈ ਸਾਹਿਬ ਨੇ ਪੁੱਛਿਆ ਵੀ ਤੁਸੀਂ ਕਿੱਧਰ ਆਏ ਜੇ, ਤਾਂ ਉਹਨਾਂ ਕਿਹਾ ਲਾਈਟ ਬਦਲਣ ਆਏ ਹਾਂ। ਭਾਈ ਸਾਹਿਬ ਨੇ ਕਿਹਾ ਲਾਈਟ ਤਾਂ ਇੱਕ ਜਣਾ ਬਦਲ ਸਕਦਾ, ਅਤੇ ਇਹ ਨਹੀਂ, ਅਤੇ ਉਹ ਮੁਲਾਕਾਤ 'ਤੇ ਚਲੇ ਗਏ। ਜਦੋਂ ਮੁਲਾਕਾਤੋਂ ਵਾਪਸ ਆਏ ਆ ਉਦੋਂ ਉਹਨਾਂ ਨੂੰ ਮਤਲਬ ਸ਼ੱਕ ਮਹਿਸੂਸ ਹੋਇਆ, ਤਾਂ ਉਹਨਾਂ ਆਪਣੇ ਕਮਰੇ ਦਾ ਵੇਖਿਆ ਅਤੇ ਉਹਨਾਂ ਨੂੰ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਵਾ, ਅਤੇ ਫਿਰ ਉਹਨਾਂ ਬਾਥਰੂਮ ਚੈੱਕ ਕੀਤਾ, ਬਾਥਰੂਮ 'ਚ ਵੀ ਉਹਨਾਂ ਨੂੰ ਕੈਮਰਾ ਮਿਲਿਆ। ਅਤੇ ਹੁਣ ਇਹ ਖਬਰਾਂ ਦੇਈ ਜਾਣ ਡਿਆ ਕਿ ਉੱਥੋਂ ਭਾਈ ਸਾਹਿਬ ਦੇ ਅੰਦਰੋਂ ਇੰਨਾ ਕੁਛ ਮਿਲ ਗਿਆ, ਮੋਬਾਈਲ ਮਿਲ ਗਿਆ, ਕੈਮਰਾ ਮਿਲ ਗਿਆ, ਪਿੰਨ ਡਰਾਈਵ ਮਿਲ ਗਈ। ਜਦੋਂ ਅਸੀਂ ਮੁਲਾਕਾਤ ਕਰਨ ਜਾਂਦੇ ਹਾਂ ਤਾਂ ਤੁਹਾਡੀ ਪੂਰੀ ਤਲਾਸੀ ਲੈ ਕੇ ਅੰਦਰ ਜਾਣ ਦਿੰਦੇ, ਸਾਡੇ ਪਰਸ ਵੀ ਬਾਹਰ ਰਖਾਉਂਦੇ ਆ, ਅਤੇ ਇਹ ਕੈਮਰੇ ਕਿਹਨੇ ਦਿੱਤੇ ਉਹਨਾਂ ਨੂੰ, ਕਿਹਨੇ ਦਿੱਤੇ ਫੋਨ ਇਹਨਾਂ ਨੂੰ, ਇਹਨਾਂ ਪ੍ਰਸ਼ਾਸਨ ਨੇ ਦਿੱਤੇ ਹੋਣਗੇ ਜਿਹੜੇ ਇਹਨਾਂ ਨੇ ਫੜੇ, ਇਹਨਾਂ ਦਿੱਤੇ ਹੋਣਗੇ ਤਾਂ ਇਹਨਾਂ ਫੜੇ, ਉੱਥੇ ਤਾਂ ਸੂਈ ਨਹੀਂ ਅੰਦਰ ਜਾਣ ਦਿੰਦੇ, ਖਾਲੀ ਅਸੀਂ ਕੁਛ ਸਮਾਨ ਦਿੰਦੇ, ਉਹ ਵੀ ਚੈੱਕ ਕਰਕੇ ਬਾਅਦ 'ਚ ਸਾਡੇ ਤੋਂ ਬਚਾਉਂਦੇ ਆ। ਇਹ ਹੁਣ ਮਤਲਬ NSA ਖਤਮ ਹੋਣ ਵਾਲੀ, ਇਹ ਹੁਣ ਬਹਾਨਾ ਬਣਾਉਂਦੀ ਚਾਹੁੰਦਾ ਚਾਹੁੰਦੀ ਸਰਕਾਰ, ਅਤੇ ਸਰਕਾਰ ਨੂੰ ਸਾਡੀ ਇੱਕ ਖਾਸ ਤੌਰ 'ਤੇ ਅਪੀਲ ਆ ਵੀ ਜੇ ਤਾਂ 1-2 ਦਿਨ 'ਚ ਇਹਨਾਂ ਨੇ ਨਹੀਂ ਫੈਸਲਾ ਕੀਤਾ ਤਾਂ ਅਸੀਂ ਸਾਰੇ ਇੱਥੇ ਵੀ ਸੜਕਾਂ ਰੋਕ ਕੇ ਭੁੱਖ ਹੜਤਾਲ 'ਤੇ ਬਵਾਂਗੇ। ਹੁਣ ਭਾਈ ਸਾਹਿਬ ਵੀ ਭੁੱਖ ਹੜਤਾਲ 'ਤੇ ਬੈਠੇ, ਹਾਂ ਅੱਜ ਗੱਲਬਾਤ ਹੋਣੀ ਸੀ ਤੁਹਾਡੀ, ਜਿਵੇਂ ਉੱਥੇ ਗੱਲਬਾਤ ਹੁੰਦੀ ਹੈਗੀ ਫੋਨ 'ਤੇ ਗੱਲਬਾਤ ਕਰਾਉਂਦੇ ਆ ਤੁਹਾਡੀ, ਅੱਜ ਗੱਲਬਾਤ ਕਰਾਈਏ ਪਰਿਵਾਰ? ਅੱਜ ਨਹੀਂ ਕਰਵਾਈ, ਆ ਸ਼ਨੀਵਾਰ ਸਾਨੂੰ ਫੋਨ 'ਤੇ ਗੱਲਬਾਤ ਹੁੰਦੀ, ਅੱਜ ਨਹੀਂ ਹੋਈ। ਉਹ ਕੱਲ੍ਹ ਦੇ ਭੁੱਖ ਹੜਤਾਲ 'ਤੇ ਬੈਠੇ, ਉਹਨਾਂ ਦੀ ਸਿੰਘਣੀ ਵੀ ਭੁੱਖ ਹੜਤਾਲ 'ਤੇ ਬੈਠੀ ਹੈਗੀ ਆ, ਅਤੇ ਕੱਲ੍ਹ ਦੇ ਉਹ ਵੀ ਭੁੱਖ ਹੜਤਾਲ 'ਤੇ ਹੀ ਆ। ਸਾਡਾ ਐਕਸ਼ਨ ਇਹੀ ਆ ਕਿ ਸਰਕਾਰ ਹੁਣ ਨਜਾਇਜ਼ ਧੱਕਾ ਕਰਨ ਡਈ, ਜਲੀਲ ਕਰਨ ਡਈ ਆ, ਹੁਣ NSA ਖਤਮ ਹੋਣ ਵਾਲੀ ਆ, ਤੇ ਹੁਣ ਕਈ ਬਹਾਨੇ ਬਣਾ ਕੇ ਤੇ ਇਹਨਾਂ ਨੂੰ ਹੋਰ ਦਬਾਉਣਾ ਚਾਹੁੰਦੀ ਆ, ਤੇ ਸਰਕਾਰ ਨੂੰ ਸਾਡੀ ਅਪੀਲ ਆ ਵੀ ਇੱਦਾਂ ਨਾ ਧੱਕਾ ਕਰੇ।
ਕਿ ਉਹਨਾਂ ਕੋਲ ਜਿਵੇਂ ਉਹ ਕਹਿੰਦੇ ਸੀ ਉਹਨਾਂ ਕੋਲ ਫੋਨ ਹੈਗੇ ਆ, ਕਦੇ ਤੁਹਾਨੂੰ ਕਾਲ ਆਈ ਸੀ ਕੋਈ ਕੋਈ ਲੱਗੀ? ਨਾ, ਕਦੀ ਨਹੀਂ ਸਾਨੂੰ ਕਾਲ ਨਹੀਂ ਆਈ। ਰਿਕਾਰਡਿੰਗ ਵਾਲੇ ਫੋਨ ਤੋਂ ਹੀ ਕਾਲ ਆਉਂਦੀ, ਜਿਹੜਾ ਉਹਨਾਂ ਦਾ ਸੋਮਵਾਰ ਤੇ ਸ਼ਨੀਵਾਰ ਕਰਵਾਉਂਦੇ ਆ। ਤੁਹਾਨੂੰ ਕੀ ਲੱਗਦਾ ਸਾਰੀ ਸਾਜ਼ਿਸ਼? ਇਹ ਸਾਰੀ ਸਾਜ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਇਹਨਾਂ ਨੂੰ ਪਤਾ ਵੀ ਹੁਣ ਐਨਐਸ ਖਤਮ ਹੋਣ ਵਾਲੀ ਆ ਤੇ ਕੋਈ ਨਾ ਕੋਈ ਬਹਾਨਾ ਬਣਾਉਣਾ ਚਾਹੁੰਦੇ ਆ। ਹੋਰ ਉਹਨਾਂ ਦੇ ਕੋਲ ਸਾਨੂੰ ਕਦੀ ਕੋਈ ਕਾਲ ਹੀ ਨਹੀਂ ਆਈ। ਇਹ ਸੂਈ ਤੱਕ ਨਹੀਂ ਅੰਦਰ ਜਾਣ ਦਿੰਦੇ, ਜਦੋਂ ਅਸੀਂ ਜਾਂਦੇ ਸਾਡੀਆਂ ਜੇਬਾਂ ਖੋਲਦੇ, ਪੂਰੀ ਸਾਡੀ ਤਲਾਸੀ ਕਰਕੇ ਅੰਦਰ ਲੰਘਾਉਂਦੇ ਤੇ ਫੋਨ ਫਿਰ ਪ੍ਰਸ਼ਾਸਨ ਨੇ ਦਿੱਤੇ। ਇਹ ਆਪ ਸਾਰਾ ਸਮਾਨ ਰੱਖ ਕੇ ਤੇ ਉੱਥੇ ਨਜਾਇਜ਼ ਹੁਣ ਇਹਨਾਂ ਨੂੰ ਮਤਲਬ ਖਰਾਬ ਕਰਨ ਡਏ ਆ।